ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। बात करते हैं गुरदासपुर के गांव तालपुर पंडोरी की, जो के गुरदासपुर से दिवंगत सांसद रहे महरूम नेता व अभिनेता विनोद खन्ना ने गोद लिया था, लेकिन इस गांव के लोग नरक भरी जिंदगी व्यतीत कर रहे हैं। गांव में बड़े बड़े गंदगी के ढेर लगे हुए हैं, जहां तक कि स्कूल के सामने भी गंदगी के ढेर लगे हैं। जब गाँव के विकास के बारे में गाँव के लोगों से बात की गयी तो उनका कहना था कि महरूम सांसद विनोद खन्ना ने चाहे इस गांव को गोद लिया था, पर फिर भी गांव में कोई काम नहीं हुआ और उसके बाद उनका देहांत हो गया। पर दुख की बात है कि उनके जीते जी भी गांव का कोई भी विकास नहीं हुआ। गांव में जगह जगह पर गंदगी के ढेर लगे हुए हैं, निकासी नाले का भी बुरा हाल है। गाँव के लोगों का कहना है कि गाँव में पूरी तरह से राजनीति भरू है। उनका कहना है कि विनोद खन्ना के द्वारा जो भी गांव के विकास के लिए पैसा दिया गया उसका भी दुरुपयोग किया गया है। हम ये कह लें कि गांव में दड़ेबंदी के चलते गांव में कोई विकास नहीं हुआ तो ये कहना गलत नहीं होगा। लोगों ने गांव के पहले भाजपा के सरपंच पर आरोप लगाते हुए कहा कि सरपंच जो भी गांव में काम करवाया है वह अपने घर के आसपास ही करवाया है। जिस तरफ गरीब लोगों के घर है वहाँ कोई विकास नहीं हुआ। जब भी सांसद विनोद खन्ना इस गांव में आते थे तो वह उन्हें अपने घर के आसपास ले जाते थे, लेकिन हमारी ओर नहीं लेकर आए। गांव के लोगों के साथ वितरा किया गया है, लेकिन अब जो सरपंच चुनाव में खड़ा है हमें उससे पूरी उम्मीद है कि वह गांव का विकास करवाएंगे। वही गांव में अब की बार सरपंची की सीट अनुसूचित जाति के लिए राखवीं हो चुकी है। इस बार इस गांव से सरपंच की चोन लड़ रहे कैंडिडेट अशोक कुमार से बात की गई तो उनका कहना है कि पिछले समय गांव में चाहे काफी पैसे सरकार की तरफ से आए थे पर फिर भी विकास नाम मात्र ही हुआ है। उसका कहना है कि अगर उसको सरपंच बनने का मौका मिला तो वह दड़ेबंदी से ऊपर उठकर गांव के विकास पर काम करेंगे। पिंड तालपुर पंडोरी डिस्ट्रिक्ट गुरदासपुर च पैंदा है। ਪਿੰਡ ਦੇ ਸਫਾਈ ਦੇ ਹਾਲਤ ਵਿੱਚ ਵੇਖਿਆ ਜਾਏ ਤਾਂ ਸਾਡੇ ਪਿੰਡ ਦੀ ਸਫਾਈ ਬਿਲਕੁਲ ਨਹੀਂ ਹੈਗੀ। ਸਕੂਲ ਦੇ ਸਾਹਮਣੇ ਫਰੰਟ ਦੇ ਆ ਪਿਆ, ਕੂੜਾ ਕਰਕਟ ਸਭ ਦਿਖ ਰਿਹਾ ਸਾਹਮਣੇ ਆ, ਨਾਲੀਆਂ ਬਲੋਕ ਹੋ ਚੁੱਕੀਆਂ ਨੇ ਇੱਧਰ ਦੀਆਂ ਤੇ ਨਿਕਾਸ ਵੀ ਹੈ ਨਹੀਂ ਪਾਣੀ ਦਾ, ਬਿਲਕੁਲ ਵੀ ਨਿਕਲਦੇ ਆ ਕਿਸੇ ਪਾਸੇ। ਇੱਥੇ ਬਹੁਤ ਜ਼ਿਆਦਾ ਗੰਦ ਪੈਂਦਾ, ਜੋ ਵਰਖਾ ਵੀ ਹੁੰਦੀ ਹੈ ਤਾਂ ਪਾਣੀ ਨਹੀਂ ਨਿਕਲਦਾ, ਖੜਾ ਹੋ ਜਾਂਦਾ ਕਾਫ਼ੀ ਇਹਦੇ ਹੱਦਾਂ ਤੱਕ ਪਾਣੀ, ਮਤਲਬ ਲਿਬੜ ਜਾਂਦੇ, ਕਈ ਰਸਤਾ ਬਲੋਕ ਹੋ ਜਾਂਦਾ। ਪੋਦ ਲੈਣ ਤੋਂ ਬਾਅਦ ਬਿਮਾਰ ਜੇ ਕਹਿੰਦੇ ਹੋ ਗਏ ਥੋੜ੍ਹੇ, ਉਸ ਤੋਂ ਬਾਅਦ ਦਿਖੇ ਨਹੀਂ, ਫਿਰ ਉਸ ਤੋਂ ਬਾਅਦ ਕਹਿੰਦੇ ਦਿਹਾਂਤ ਹੋ ਗਿਆ ਉਹਨਾਂ ਦਾ। ਪੈਸੇ ਜੀ ਸਾਨੂੰ ਤਾਂ ਇਹਨਾਂ ਗੱਲਾਂ ਦਾ ਹੁਣ ਪਤਾ ਨਹੀਂ, ਪੈਸੇ ਦਾ ਸਮੱਸਿਆ ਜਦੋਂ ਤਾਂ ਅਸੀਂ ਹੁਣ ਵੱਡੇ ਹੋਏ ਜੀ, ਮੇਰੀ ਉਮਰ ਹੋ ਗਈ ਆ 20-21 ਸਾਲ ਹੋ ਗਈ ਆ, ਸ਼ੁਰੂ ਤੋਂ ਇੱਥੇ ਕੂੜਾ ਕਰਕਟ ਹੀ ਵੇਖਿਆ ਅੱਜ ਤੱਕ ਹੋਣ ਡਿਆ। ਮੁੰਡਿਆਂ ਦੇ ਪਿੰਡ ਦੇ ਜਿੰਨੇ ਨੌਜਵਾਨ ਹੈਗੇ ਸਾਡੇ ਸਾਰੇ ਮਿਲ ਕੇ ਸਫਾਈ ਕਰਾਉਂਦੇ, ਪੈਸੇ ਪਾਉਂਦੇ, 100-100 ਰੁਪਇਆ ਪਾਉਂਦੇ ਜਿੰਨਾ ਵੀ ਹੁੰਦਾ। ਕਈ ਵਾਰੀ ਸਾਡੇ ਮੈਂਬਰ ਹੈਗੇ ਥੋੜ੍ਹੇ ਚੰਗੇ ਆ, ਮਤਲਬ ਨਾਲ ਹੋ ਕੇ ਕਰਾ ਦਿੰਦੇ, ਪਰ ਸਰਪੰਚ ਦੇ ਇੱਧਰਲੇ ਮਹੱਲੇ ਵੜਦਾ ਤੱਕ ਵੀ ਨਹੀਂ ਜੀ। ਵਿਕਾਸ ਜੀ ਸਾਰੇ ਜਿੱਧਰਲੇ ਪਾਸੇ ਪੋਲੀਟਿਕਸ ਹੈ ਜੀ, ਕਹਿੰਦੇ ਆ ਵੀ ਇਹ ਸਾਡੀ ਪਾਰਟੀ ਦਾ ਨਹੀਂ ਆ, ਇਹ ਇਲਾਕਾ ਸਾਡੀ ਪਾਰਟੀ ਵਿੱਚ ਨਹੀਂ ਆਉਂਦਾ, ਬਗਾਨੇ ਪੈਂਦੇ ਆ। ਵਿਨੋਦ ਖੰਨਾ ਵੀ ਆਏ ਕਹਿੰਦੇ ਸੀ ਪਰ ਸਾਡੇ ਮਹੱਲੇ ਤੱਕ ਨਹੀਂ ਪੁੱਜੇ, ਉਹ ਪਿੱਛੇ ਪਿੱਛੇ ਉਹਨਾਂ ਨੂੰ ਮੋੜ ਕੇ ਲੈ ਗਏ ਜੀ। ਬਹੁਤ ਜਿੰਨਾ ਰੁਪਈਏ ਬਾਹਰੋਂ ਆਇਆ ਉਹ ਸਾਰੇ ਵਾਪਸ ਚਲੇਗਾ।
ਦੂਸਰੀ ਪਾਰਕ ਬਣੀ ਆ, ਉੱਥੇ ਜਾ ਕੇ ਦੇਖੋ ਆਉਂਦੇ ਬੰਦਾ ਰੱਖਿਆ ਸਫਾਈ ਵਾਸਤੇ, ਉੱਥੇ ਕੋਈ ਬੰਦਾ ਨਹੀਂ। ਉੱਥੇ ਜਾ ਕੇ ਤੁਸੀਂ ਵੇਖੋ ਇੰਨਾ ਜੰਗਲ ਚੜਿਆ, ਬਲਕਿ ਲੰਘਿਆ ਨਹੀਂ ਉੱਥੇ ਜਾਂਦਾ, ਮਤਲਬ ਇੱਦਾਂ ਹਾਲਤ ਹੈ। ਬਾਕੀ ਉਹ ਤੁਹਾਨੂੰ ਉਹਨਾਂ ਦੱਸ ਹੀ ਦਿੱਤਾ, ਬਹੁਤ ਮਾੜੇ ਹਾਲ ਨੇ ਜਿੱਥੇ ਤੇ ਪਾਰਟੀ ਬਾਈ ਦੇ ਨਾਲ ਚੰਗੇ ਨੇ। ਹਾਂਜੀ, ਉੱਧਰ ਬਨੋਦ ਖਾਣਾ ਆਇਆ ਸੀ, ਉੱਥੋਂ ਫੇਰਾ ਮਰਵਾਉਂਦੇ ਪਿੱਛੇ ਵਾਪਸ ਲੈ ਜਾਂਦੇ ਨੇ, ਇੱਧਰ ਆਉਣ ਦਿੰਦੇ ਨਹੀਂ ਇਸ ਇਲਾਕੇ ਚ। ਜੇ ਇਸ ਮੁਹੱਲੇ ਦੇ ਵਿੱਚ ਤਾਂ ਗੰਦ ਆ, ਜੇ ਮੰਨ ਲਓ ਕੋਈ ਮੀਡੀਆ ਵਾਲਾ ਆਉਂਦਾ, ਜਿਸ ਬੰਨੇ ਸਾਫ਼ ਜਗ੍ਹਾ ਉਸ ਬੰਨੇ ਜਗ੍ਹਾ ਦਿਖਾ ਕੇ ਉੱਥੋਂ ਵਾਪਸ ਭੇਜ ਦਿੰਦੇ ਆ। ਜੇ ਬਨੋਦ ਖਾਨਾ ਆਇਆ ਸੀ, ਉਹਨਾਂ ਨੂੰ ਉਸ ਬੰਨੇ ਸਕੂਲ ਵਾਲੇ ਬੰਨੇ ਪਾ ਕੇ ਉੱਧਰ ਉੱਧਰ ਦਿਖਾਇਆ ਸੀ, ਇੱਧਰ ਨਹੀਂ ਲੈ ਕੇ ਆਏ। ਇਸ ਬੰਨੇ ਸਭ ਤੋਂ ਵੱਧ ਗੰਦੀ ਰਾਹ ਸਾਡੇ ਮੁਹੱਲੇ ਆ, ਸਾਰੇ ਪਿੰਡ ਦਾ ਕੂੜਾ, ਸਾਰੇ ਪੂਰੇ ਇਲਾਕੇ ਦਾ ਜਿੰਨਾ ਕੂੜਾ ਸਾਰਾ ਸਾਡੇ ਮੁਹੱਲੇ ਆਂਦਰਾ। ਲੋਕੀ ਲਿਫਾਫਿਆਂ ਚ ਪਾ ਪਾ, ਬੋਰੀਆਂ ਚ ਪਾ ਪਾ, ਲਿਆ ਲਿਆ ਕੇ ਸਾਡੇ ਮੁਹੱਲੇ ਚ ਕੂੜਾ ਸੁੱਟਣ ਦੇ ਆ। ਇਹ ਸਕੂਲ ਦੇ ਸਾਹਮਣੇ ਗੰਦ ਪਿਆ ਦਾ, ਲੋਕੀ ਟੱਟੀ ਇੱਥੇ ਬਹਿਣ ਦੇ ਆ ਸਭ, ਮਤਲਬ ਇੱਥੇ ਕੋਈ ਸਾਡੇ ਮੁਹੱਲੇ ਦੇ ਰੁਪਏ ਦਾ ਵਿਕਾਸ ਨਹੀਂ ਜੇ। ਇਹ ਕਾਰਨ ਉਹ ਦੱਸਣਾ ਉਹਨਾਂ ਕੀ ਕਾਰਨ ਕੀ ਆ, ਕਿਉਂ ਗੰਦ ਪੈਦਾ ਏ। ਉਹਨਾਂ ਨੂੰ 40 ਵਾਰੀ ਅਸੀਂ ਕਿਹਾ, ਇੱਕ ਵਾਰ ਨਹੀਂ ਕਿਹਾ। ਪੰਡੋਰੀ ਪਿੰਡ ਹੈ, ਪੰਡੋਰੀ ਦੇ ਵਿੱਚ ਪਿੰਡ ਹੈ ਦਾਲਪੁਰ, ਤੇ ਹਾਲਤ ਤੇ ਬਹੁਤ ਮਾੜੇ ਆ, ਕਿਉਂਕਿ ਨਾਲਿਆਂ ਦਾ ਪਾਣੀ ਗੰਦਾ ਰੁਕ ਜਾਂਦਾ ਥਾਈ ਥਾਈ, ਤੇ ਸੜਕ ਵੀ ਨੀ ਲੰਘੀ ਜਾਂਦੀ, ਬੱਚੇ ਸਕੂਲ ਵਾਲਿਆਂ ਕੋ ਵੀ ਨੀ ਲੰਘਾਉਂਦਾ ਇੱਧਰ ਨੂੰ, ਇੰਨੀ ਗੰਦੀ ਹਾਲਤ ਹੈ। ਪਿੰਡ ਚ ਗਈ ਕਦੋਂ ਆ, ਰਹੀ ਸਮੱਸਿਆ ਪਿੰਡ ਚ ਕਿਸੇ ਨੇ ਕੀਤਾ ਨੀ, ਜਾਨ ਕਿ ਉਹੋ ਜਿਹਾ ਹਿਸਾਬ ਕਿਤਾਬ ਹੈ ਨੀ ਪਿੰਡ ਦਾ। ਸਾਡੇ ਪਾਸੇ ਤੇ ਕਦੀ ਨਾਲੀਆਂ ਨੀ ਸਾਫ਼ ਕਰਨੀਆਂ, ਨਾਲੀਆਂ ਸਾਫ਼ ਕਰਨ ਵਾਲੇ ਆਉਂਦੇ ਤੇ ਅਗਲੇ ਪਾਸੇ ਦੀਆਂ ਨਾਲੀਆਂ ਵੀ ਨੀ ਸਾਫ਼ ਕਰਨ ਦਿੰਦੇ, ਅਸੀਂ ਖੁਦ ਪੈਸੇ ਦੇ ਕੇ ਆਪਣੇ ਕੋਲੋਂ ਕਰਵਾਉਂਦੇ ਹਾਂ ਜੇ ਕਰਵਾਈਏ ਤੇ। ਇਹ ਹੁਣ ਉਹੀ ਜਾਣਦਾ ਵੀ ਉਹ ਕਿਉਂ ਕਿੱਦਾਂ ਕਰਦਾ, ਸਾਨੂੰ ਤੇ ਨੀ ਪਤਾ ਇਸ ਗੱਲ ਦਾ। ਸਾਨੂੰ ਤੇ ਅਸੀਂ ਕਹਿੰਦੇ ਹਾਂ ਕਿ ਪਿੰਡ ਦਾ ਸੁਧਾਰ ਚੰਗੀ ਤਰ੍ਹਾਂ ਹੋਣਾ ਚਾਹੀਦਾ, ਕਿਉਂਕਿ ਸਾਡੇ ਬੱਚੇ ਵੀ ਚੰਗੇ ਰਹਿਣ, ਇਹਨਾਂ ਦੇ ਖੇਡਣ ਵਾਸਤੇ ਕੋਈ ਗਰਾਊਂਡ ਨਹੀਂ ਹੈ ਬੱਚਿਆਂ ਦੇ। ਬੱਚੇ ਕਦੀ ਗਿਰਜੇ ਘਰ 'ਚ ਖੇਡਦੇ ਆ, ਕਦੀ ਕਿਤੇ ਤਰਲੇ ਮਾਰਦੇ ਆ, ਇਹਨਾਂ ਦੇ ਖੇਡਣ ਵਾਸਤੇ ਜ਼ਰੂਰ ਗਰਾਊਂਡ ਹੋਣੀ ਚਾਹੀਦੀ ਆ, ਅਸੀਂ ਤਾਂ ਇਹ ਮੰਗ ਕੀਤੀ ਆ। ਪਿੰਡ 'ਚ ਸਮੱਸਿਆ ਨਾ ਕੋਈ ਬੱਚਿਆਂ ਦਾ ਕੋਈ ਸਹੂਲਤ ਹੈ, ਨਾ ਕੋਈ ਬੱਚਿਆਂ ਨੂੰ ਬੇਰੁਜ਼ਗਾਰੀ ਹੈ, ਨਾ ਬੱਚਿਆਂ ਨੂੰ ਕਦੇ ਪੜ੍ਹਾਈ ਕੀਤੀ ਹੈ, ਨਾ ਉਹਨਾਂ ਨੂੰ ਕਦੇ ਕੰਮਦਾਰੀ ਕੋਈ ਲੱਭਦੀ ਹੈ, ਨਾ ਕੁਛ ਲੱਭਦਾ। ਨਾ ਸਾਡੇ ਅੱਜ ਤੱਕ ਇਹਨਾਂ ਨੇ ਪਰਮਿਟ ਬਣਾਏ ਸੀ, ਹੁਣ ਆ ਕੇ ਬਣਾਏ ਨੇ, ਕਿਹੜੇ ਸਰਪੰਚ ਨੇ ਨਵੇਂ ਨੇ ਬਣਾਏ, ਸ਼ੋ ਕੁਮਾਰ ਨੇ ਬਣਾ ਕੇ ਦਿੱਤੇ ਆ। 7 ਕੱਚੀ ਹੈ, ਕਦੀ ਸਾਨੂੰ ਅੱਜ ਤੱਕ ਗਰਾਂਟ ਨਹੀਂ ਮਿਲੀ, ਦਿੱਤੀ ਨਹੀਂ ਗਰਾਂਟ ਉਹਨੂੰ ਕਦੀ ਵੀ। ਗਰੀਬੀ ਦਾ ਵੀ ਹਾਲੇ ਆ, ਇਕੱਲੇ ਇਕੱਲੇ ਹੈਗੇ ਆ, ਬੰਦਾ ਮੇਰਾ ਮਜ਼ਦੂਰ ਆ, ਕੋਈ ਸਾਡੇ ਘਰ 'ਚ ਕੋਈ ਨੌਕਰੀ ਵਾਲਾ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ, ਅਤੇ ਨਾ ਸਾਡੀ ਕਦੀ ਹਾਲਤ ਨਹੀਂ ਉਹਨੇ ਕੀਤੀ ਹੈਗੀ। ਹਾਂਜੀ, ਸਰਪੰਚ ਹੋਣਾ ਚਾਹੀਦਾ ਜਾਂ ਪਿੰਡ ਦੀ ਦੇਖਭਾਲ ਕਰੇ, ਬੱਚਿਆਂ ਦੀ ਦੇਖਭਾਲ ਕਰੇ, ਬੱਚਿਆਂ ਦੇ ਨੌਕਰੀ ਬਾਰੇ ਸੋਚੇ, ਕੋਈ ਗਰੀਬਾਂ ਦੀ ਮਦਦ ਕਰੇ, ਨਾਲੇ ਉਹ ਮਕਾਨ ਕਿਸੇ ਨੂੰ ਕੋਈ ਗਰਾਂਟ ਗਰੂਟ ਦਵਾਵੇ, ਤਾਂ ਚਲੋ ਥੋੜ੍ਹੀ ਜਿਹੀ ਸਹੂਲਤ ਹੋ ਜਾਂਦੀ ਹੈ ਗਰੀਬ ਬੰਦੇ ਨਾਲ। ਗਰੀਬ ਨਵਾਂ ਸਰਪੰਚ ਬਣ ਰਿਹਾ, ਉਹਦੇ 'ਤੇ ਸਾਨੂੰ ਉਮੀਦ ਹੈ ਸਾਡੇ ਨਾਲ ਪੂਰੀ ਹਾਲਤ ਕਰੇਗਾ। ਮੇਰੇ ਪਿੰਡ ਦੇ ਸਭ ਤੋਂ ਜਿਹੜੀ ਇੱਥੇ ਵੱਡੀ ਸਮੱਸਿਆ ਸਫਾਈ ਦੀ। ਦੂਸਰਾ, ਪਿੰਡ ਦੇ ਵਿੱਚ ਬਹੁਤ ਟਾਈਮ ਹੋ ਗਿਆ ਵੀ ਕੋਈ ਤਰੱਕੀ ਦਾ ਕੋਈ ਕੰਮ ਨਹੀਂ। ਪਿੰਡ ਦੇ ਵਿੱਚ ਗਰੀਬ ਜਨਤਾ ਨੂੰ ਨਾ ਤਾਂ ਅੱਜ ਤੱਕ ਕੋਈ ਪਲਾਟ ਮਿਲੇ ਨੇ, ਨਾ ਕਿਸੇ ਨੂੰ ਕੋਈ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਉਹ ਨਹੀਂ ਮਿਲੀਆਂ। ਮਤਲਬ ਸਹੂਲਤਾਂ ਤੋਂ ਪੂਰਾ ਵਾਂਝਾ ਸਾਡਾ ਪਿੰਡ ਜਿਹੜਾ ਗੋਦ ਲਿਆ ਗਿਆ ਸੀ, ਮਤਲਬ ਵੀ ਉਹਦੀ ਇੱਕ ਵੀ ਸਕੀਮ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਲਾਗੂ ਨਹੀਂ ਹੋਈ। ਇਹ ਵਿਨੋਦ ਖੰਨਾ ਜੀ ਵੱਲੋਂ ਲਿਆ ਗਿਆ ਸੀਗਾ, MP ਵਿਨੋਦ ਖੰਨਾ ਜੀ, ਉਹਨਾਂ ਵੱਲੋਂ ਲਿਆ ਗਿਆ ਸੀਗਾ ਗੋਦ, ਪਰ ਇੱਕ ਵੀ ਸਾਡੇ ਇੱਥੇ ਇੱਕ ਵੀ ਲਾਂਚ ਨਹੀਂ ਹੋਈ ਉਹਨਾਂ ਦੀ ਜਿਹੜੀ ਮਤਲਬ ਸਕੀਮ ਸੀਗੀ। ਮਤਲਬ ਕਾਰਨ ਇਹ ਵੀ ਕਿਸੇ ਨੇ ਮਤਲਬ ਵੀ ਉੱਥੋਂ ਪਤਾ ਹੀ ਨਹੀਂ ਲਿਆ ਪਿੰਡ ਦਾ, ਇੱਥੇ ਸਿਰਫ ਆ ਕੇ ਮੀਟਿੰਗਾਂ ਕਰਕੇ ਚਲੇ ਗਏ ਨੇ ਵੀ ਇੱਥੇ ਆਹ ਆਉਣਾ ਇੱਥੇ ਆਉਣਾ, ਮਤਲਬ ਵੀ ਖਾਨਾ ਪੂਰਤੀ ਕੀਤੀ ਹੈ ਮੀਟਿੰਗਾਂ ਦੀ, ਬਣਾਇਆ ਕੁਛ ਨਹੀਂ। BJP ਦੀ ਸਰਕਾਰ ਰਹੀ ਹੈ, BJP ਦਾ ਸਰਪੰਚ ਰਿਹਾ। ਕਿੰਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਮੈਦਾਨ ਵਿੱਚ ਰੱਖਦੇ ਹੋ? ਅਸੀਂ ਤਾਂ ਉਤਰੇ ਹਾਂ ਵੀ ਲੋਕਾਂ ਦੀ ਸੇਵਾ ਕਰਾਂਗੇ, ਮਤਲਬ ਵੀ ਜੋ ਲੋਕਾਂ ਦੀਆਂ ਦੁੱਖ ਤਕਲੀਫਾਂ ਨੇ, ਪਿੰਡ ਦੀ ਸਾਫ਼ ਸਫਾਈ ਆ, ਪਿੰਡ ਦੇ ਕੁਛ ਇਹੋ ਜਿਹੇ ਕੰਮ ਨੇ ਜਿਹੜੇ ਮਤਲਬ ਵੀ ਸਾਡੇ ਬੱਚੇ ਵਿਹਲੜ ਫਿਰਦੇ ਨੇ, ਉਹਨਾਂ ਲਈ ਕੋਈ ਇੱਥੇ ਨੇੜੇ ਤੇੜੇ ਕੋਈ ਮਤਲਬ ਵੀ ਖੇਡਣ ਦਾ ਥਾਂ ਨਹੀਂ, ਜਾਂ ਕੋਈ ਮਤਲਬ ਵੀ ਇਹੋ ਜਿਹੀਆਂ ਚੀਜ਼ਾਂ ਨੇ, ਜਿੱਦਾਂ ਨਸ਼ੇ ਦਾ ਵੀ ਇੱਥੇ ਮਤਲਬ ਵੀ ਬੋਲਬਾਲਾ ਮਾੜਾ ਮੋਟਾ,
ਉਹਦੇ 'ਤੇ ਵੀ ਕੋਸ਼ਿਸ਼ ਕਰਾਂਗੇ ਵੀ ਇਹ ਚੀਜ਼ ਨੂੰ ਨੱਥ ਪਏ। ਪਹਿਲ ਦੇ ਆਧਾਰ 'ਤੇ ਅਸੀਂ ਤਾਂ ਚਾਹੁੰਦੇ ਸਫਾਈ ਦਾ ਕੰਮ ਸਭ ਤੋਂ ਬਹੁਤ ਵੱਡੀ ਜਿਹੜਾ ਗੰਦਗੀ ਆਲੇ ਦੁਆਲੇ ਪਿੰਡ ਦੇ ਖਿਲ ਰਹੀ ਹੈ ਇਹਦਾ ਸਾਫ਼ ਸਫਾਈ ਦਾ ਬਹੁਤ ਜ਼ਰੂਰੀ ਹੈ। ਦੂਸਰੇ ਤੋਂ ਗਰੀਬ ਜਨਤਾ ਉਹਨਾਂ ਨੂੰ ਕੱਚੇ ਮਕਾਨਾਂ ਦੀ ਪੱਕੇ ਮਕਾਨਾਂ ਦੀ ਬਹੁਤ ਜ਼ਰੂਰਤ ਆ। ਲੋਕਾਂ ਕੋਲ ਰਹਿਣ ਵਾਸਤੇ ਇੱਕ ਇੱਕ ਕਮਰੇ ਦੇ ਵਿੱਚ ਮਤਲਬ ਵੀ ਇੱਕ ਇੱਕ ਪਰਿਵਾਰ ਰਹਿ ਰਿਹਾ। ਮੰਨ ਲਓ ਜੇ ਤਿੰਨ ਭਰਾ ਨੇ ਤਾਂ ਉਹਨਾਂ ਕੋਲ ਤਿੰਨ ਕਮਰੇ ਨੇ, ਕਿਸੇ ਕੋਲ ਰਸੋਈ ਨਹੀਂ, ਕਿਸੇ ਕੋਲ ਲੈਟਰਿਨ ਨਹੀਂ ਲੱਗੇ, ਕਿਸੇ ਕੋਲ ਮਤਲਬ ਕੋਈ ਥਾਂ ਦੀ ਇੰਨੀ ਤਕਲੀਫ ਹੈ, ਤੰਗੀ ਆ, ਅੱਜ ਤੱਕ ਕਿਸੇ ਨੇ ਇਹ ਗੱਲ ਵਿਚਾਰੀ ਨਹੀਂ ਵੀ ਇਹਨਾਂ ਦਾ ਇਹ ਹੱਲ ਹੋਣਾ ਚਾਹੀਦਾ। ਸਤਵਿੰਦਰ ਸਿੰਘ, ਦਿਵਿਆ ਪੰਜਾਬ ਟੀਵੀ, ਗੁਰਦਾਸਪੁਰ।